ਦਿਓ ਫਿਰ ਇਹਦਾ ਮਤਲਬ ਹੈ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਨੇ ਕਤਲ ਨਹੀਂ ਕੀਤਾ, ਸ਼ਹੀਦ ਨਹੀਂ ਕੀਤਾ, ਰੱਬ ਦੀ ਰਜ਼ਾ ਸੀ, ਰੱਬ ਨੇ ਕਤਲ ਕੀਤਾ, ਆਪਾਂ ਰੱਬ ਨੂੰ ਦੋਸ਼ ਦੇਈਏ ਨਾ ਫਿਰ। ਦੇਖੋ ਗੱਲ ਤਾਂ ਹੁਕਮ ਤਾਂ ਪਰਮਾਤਮਾ ਦਾ ਹੀ ਚੱਲਦਾ ਜੀ ਸਾਰੇ, ਫਿਰ ਰੱਬ ਨੂੰ ਗਾਲਾਂ ਕੱਢੋ ਜਿਹੜੀਆਂ ਕੱਢਣੀਆਂ ਨੇ ਕਿਸੇ ਨੇ, ਪਤਾ ਭੈੜਾ ਬਹੁਤ ਜ਼ਿਆਦਾ ਇਹੋ ਜਿਹਾ, ਰੱਬ ਨੂੰ ਅੱਜ ਕੀ ਕਰਨਾ। ਹੈਲੋ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਾਸ ਬੋਲ ਰਿਹਾ ਜੀ ਤੋਂ। ਕਿੱਥੋਂ ਜੀ? ਤੁਸੀਂ ਕੋਈ ਯੂਟਿਊਬ ਤੇ ਮੇਰਾ ਬੋਲਿਆ ਹੋਇਆ ਕੁਛ ਪੜ੍ਹਿਆ ਸੀ, ਉਹਦੀ ਟਿੱਪਣੀ ਅੱਜ ਮੇਰੇ ਕੋਲ ਆਈ ਸੀ। ਹਾਂਜੀ ਹਾਂਜੀ ਹਾਂਜੀ, ਆਪਣੇ ਕੌਣ ਬੋਲਦੇ ਪਏ ਹੋ? ਦਾਸ ਇੰਦਰ ਸਿੰਘ ਘੱਗਾ ਬੋਲ ਰਿਹਾ ਜੀ। ਅੱਛਾ, ਇੰਦਰਜੀਤ ਸਿੰਘ ਘੱਗਾ ਜੀ। ਹਾਂਜੀ, ਜੀਤ ਨਹੀਂ ਹੈ, ਸਿੰਘ ਹੈ, ਇੰਦਰ ਸਿੰਘ। ਹਾਂਜੀ ਹਾਂਜੀ, ਇੰਦਰ ਸਿੰਘ ਘੱਗਾ ਜੀ। ਹਾਂਜੀ, ਉਹ ਬੇਨਤੀ ਹੈ ਕਿ ਮੈਂ ਤਾਂ ਸਵਾਲ ਉਠਾਉਣਾ ਹੁੰਦਾ ਕਿ ਪਰਮਾਤਮਾ ਸੱਚਮੁੱਚ ਜਿਵੇਂ ਹੈ ਤਾਂ ਦੁਨੀਆਂ ਤੇ ਜ਼ੁਲਮ, ਬਿਮਾਰੀਆਂ ਤੇ ਮੁਸੀਬਤਾਂ, ਸਿੱਖਾਂ ਤੇ, ਗੁਰੂ ਸਾਹਿਬਾਨ ਤੇ ਇੰਨੇ ਮੁਸੀਬਤਾਂ ਆਈਆਂ, ਇਹ ਕਿਉਂ ਆਈਆਂ ਫਿਰ? ਮੈਂ ਤਾਂ ਇਹ ਪੁੱਛ ਰਿਹਾ ਵੀ ਰੱਬ ਮਿਹਰਬਾਨ ਹੈ, ਰੱਬ ਸਾਰਾ ਕੁਛ ਕਰਦਾ ਹੈ, ਰੱਬ ਬੈਠਾ ਦੇਖਦਾ ਹੈ, ਸਾਰੀਆਂ ਗੱਲਾਂ ਆਪਾਂ ਰੋਜ਼ਾਨਾ ਸਟੇਜਾਂ ਤੇ ਸੁਣਦੇ ਹਾਂ, ਤੇ ਜਿਹੜੇ ਪੰਜਵੇਂ ਪਾਤਸ਼ਾਹ ਤੇ, ਨੌਵੇਂ ਪਾਤਸ਼ਾਹ ਤੇ, ਦਸਵੇਂ ਪਾਤਸ਼ਾਹ ਸਾਹਿਬਜ਼ਾਦੇ, ਮਾਤਾ ਗੁਜਰੀ, ਹਾਂਜੀ, ਤੇ ਹਜ਼ਾਰਾਂ ਸਿੱਖ ਅਤੇ ਹੋਰ ਅਨੇਕਾਂ ਮੁਸੀਬਤਾਂ, 30,000 ਸਿੱਖਾਂ ਨੂੰ ਇੱਕ ਦਿਨ ਚ ਕਤਲ ਕੀਤਾ ਗਿਆ, ਸ਼ਹੀਦ ਹੋਏ ਨੇ, ਤੇ ਉਹ ਗੁਰੂ ਨੇ ਰੱਬ ਨੇ ਕਰਵਾਇਆ, ਕਿਹਨੇ ਕਰਵਾਇਆ? ਦੇਖੋ ਜੀ, ਗੱਲ ਤਾਂ ਹੁਣ ਹੈਗੀ ਤਾਂ ਹੁਣ ਸਾਰੀ ਸ੍ਰਿਸ਼ਟੀ ਹੈ ਜਿਹੜੀ ਪਰਮਾਤਮਾ ਦੀ ਵੀ ਹੈ, ਸਾਰੀ ਉਹਨਾਂ ਦਾ ਕਰਤਾ ਧਰਤਾ ਆਪ ਹੀ ਆ, ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਜੀ। ਨਹੀਂ, ਇਹਨੂੰ ਨਾ ਸਿੱਧੇ ਤਰੀਕੇ ਗੱਲ ਕਰੋ, ਇਹ ਤਾਂ ਬਹੁਤ ਲੰਬਾ ਚੌੜਾ ਹੋ ਜਾਊਗਾ, ਫਿਰ ਤਾਂ ਸ੍ਰਿਸ਼ਟੀ ਦੀਆਂ ਗੱਲਾਂ ਨਾ ਛੇੜੋ ਵੀ, ਜਿਹੜੇ ਮੈਂ ਸਵਾਲ ਕਰੇ ਨੇ ਉਧਰਲੇ ਪਾਸੇ ਆਓ। ਨਹੀਂ ਜੀ, ਸਵਾਲ ਤਾਂ ਹੁਣ ਦੇਖੋ ਇਤਿਹਾਸ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਹੁਣ ਮੌਕੇ ਦੀ ਗੱਲ ਕਰੀਏ, ਮੌਕੇ ਦੇ ਉੱਤੇ ਕਿਉਂਕਿ ਉਹ ਹੈਗੀਆਂ ਇਤਿਹਾਸ, ਇਤਿਹਾਸ ਦੇ ਵਿੱਚ ਜੋ ਰਜਾ ਸੀ ਪਰਮਾਤਮਾ ਦੀ ਉਦੋਂ ਗੁਰੂ ਸਾਹਿਬਾਨ ਹੋਏ। ਬਸ ਇੱਥੇ ਰੁਕ ਜਾਓ, ਫਿਰ ਇਹਦਾ ਮਤਲਬ ਹੈ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਨੇ ਕਤਲ ਨਹੀਂ ਕੀਤਾ, ਸ਼ਹੀਦ ਨਹੀਂ ਕੀਤਾ, ਰੱਬ ਦੀ ਰਜਾ ਸੀ, ਰੱਬ ਨੇ ਕਤਲ ਕੀਤਾ, ਆਪਾਂ ਰੱਬ ਨੂੰ ਦੋਸ਼ ਦੇਈਏ ਨਾ ਫਿਰ? ਜੇ ਹੁਣ ਦੇਖੋ ਗੱਲ ਤਾਂ ਹੁਕਮ ਤਾਂ ਪਰਮਾਤਮਾ ਦਾ ਹੀ ਚੱਲਦਾ ਜੀ ਸਾਰੇ ਕਿਤੇ। ਨਹੀਂ ਫਿਰ ਇਹੀ ਇਹੀ ਤਾਂ ਮੈਂ ਗੱਲ ਕਰ, ਆਪਾਂ ਪਿੱਟਦੇ ਕਿਉਂ ਆ ਫਿਰ? ਔਰੀ ਜੇ ਜਹਾਂਗੀਰ ਹੈ, ਪਾਪੀ ਸੀ, ਜ਼ਾਲਮ ਸੀ ਤੇ ਉਹ ਹੈ, ਫਿਰ ਰੱਬ ਨੂੰ ਗਾਲਾਂ ਕੱਢੋ ਜਿਹੜੀਆਂ ਕੱਢਣੀਆਂ ਨੇ ਕਿਸੇ ਨੇ? ਨਹੀਂ ਨਹੀਂ, ਰੱਬ ਨੂੰ ਕਾਹਨੂੰ ਕੱਢਣੀ ਹੈ ਜੀ ਆਪਾਂ? ਤੇ ਫਿਰ ਗੁਰੂ ਅਰਜਨ ਸਾਹਿਬ ਵਰਗੇ ਪਰਉਪਕਾਰੀ ਮਹਾਂਪੁਰਖ ਨੂੰ ਕੇਵਲ 42 ਸਾਲ ਦੀ ਉਮਰ ਚੱਕ ਲਿਆ, ਤੇ ਸਾਨੂੰ ਕਦੇ ਸੋਚਣਾ ਚਾਹੀਦਾ ਵੀ ਰੱਬ ਤਾਂ ਭੈੜਾ ਬਹੁਤ ਜ਼ਿਆਦਾ ਇਹ ਜਿਹਾ, ਰੱਬ ਨੂੰ ਅਸੀਂ ਕੀ ਕਰਨਾ? ਦੇਖੋ ਜੀ, ਉਹ ਸਮੇਂ ਦੇ ਮੁਤਾਬਿਕ ਮੈਂ ਤੁਹਾਨੂੰ ਇੱਕ ਯਾਨੀ ਸਾਫ਼ ਜੀ ਜਿਹੜੀ ਹੁਣ ਦੀ ਗੱਲ ਮੈਂ ਤੁਹਾਨੂੰ ਕਰਦਾ ਜੀ। ਪਹਿਲਾਂ ਨਾ ਜਿਹੜੀ ਆਹ ਗੱਲ ਮੈਂ ਸਵਾਲ ਕਰ ਰਿਹਾ ਇਹਦਾ ਜਵਾਬ ਦਿਆ ਕਰੋ, ਹੋਰ ਪਾਸੇ ਨਾ ਲਿਜਾਓ। ਅੱਛਾ ਜੀ, ਹਾਂਜੀ, ਇਹਦਾ ਜਵਾਬ ਦਿਓ ਕਿ ਗੁਰੂ ਅਰਜਨ ਸਾਹਿਬ ਵਰਗੇ ਪਰਉਪਕਾਰੀ ਨੂੰ ਰੱਬ ਨੇ ਧਰਤੀ ਦੇ ਉੱਤੇ ਤਸੀਹੇ ਦੇ ਦੇ ਕੇ ਕਿਉਂ ਚੁੱਕਿਆ? ਦੇਖੋ ਜੀ, ਹੁਣ ਇਤਿਹਾਸ ਦੇ ਮੁਤਾਬਿਕ ਹੈ, ਇਹ ਇਤਿਹਾਸ ਲਿਖਿਆ ਹੋਇਆ ਸੰਤੋਖ ਸਿੰਘ ਜੀ ਦਾ, ਉਹਨਾਂ ਦਾ ਜੀ। ਮੈਂ ਪਿਆਰੇ ਜੀ ਉਹ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇਈਦਾ ਹੁੰਦਾ, ਹੋਰ ਪਾਸੇ ਕਿਉਂ ਭੱਜਦੇ ਹੋ? ਭਲਾ ਮੈਂ ਸਵਾਲ ਜਿਹੜਾ ਕਿਹਾ ਤਾਂ ਜਵਾਬ ਨਹੀਂ ਦੇ ਰਹੇ ਤੁਸੀਂ? ਦੇਖੋ ਜੀ, ਹੁਣ ਸਵਾਲ ਦੇ ਜਵਾਬ ਤਾਂ ਹੁਣ ਤੁਸੀਂ ਇਸ ਤਰ੍ਹਾਂ ਮੈਨੂੰ ਫੋਰਸ ਤਾਂ ਨਹੀਂ ਕਰ ਸਕਦੇ, ਮੈਂ ਆਪਣੇ ਵੱਲੋਂ ਜੋ ਤੁਹਾਨੂੰ ਗੱਲ ਦੱਸਣੀ ਸੀ ਦੱਸਤੀ ਕਿ ਅਸੀਂ ਵੀ ਸੰਤਾਂ ਦੇ ਸੇਵਕ ਹਾਂ। ਤੁਸੀਂ ਕਿਹੜੇ ਕਿਹੜੇ ਸੰਤਾਂ ਦੇ ਸੇਵਕ ਹੋ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਹੀ ਬ੍ਰਹਮ ਗਿਆਨੀ ਆ, ਹੋਰ ਕੋਈ ਨਹੀਂ ਹੈ। ਉਹ ਬ੍ਰਹਮ ਗਿਆਨੀ ਨੂੰ ਕਿਹਾ ਹੋਇਆ ਜੀ ਕਿ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੈ। ਇਹ ਦੱਸੋ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਇਹ ਹੈ ਕਿ ਨਹੀਂ ਲਿਖਿਆ ਹੋਇਆ? ਲਿਖਿਆ ਹੋਇਆ ਜੀ। ਉਹ ਕਿਹੜੇ ਬਾਰੇ ਹੈ ਭਲਾ? ਕੌਣ ਨਹੀਂ ਮਰਦਾ? ਰੱਬ ਨਹੀਂ ਮਰਦਾ, ਬੰਦਾ ਤਾਂ ਮਰਦਾ ਜਿਹੜਾ ਜਨਮਦਾ, ਜੋ ਉਪਜੋ ਸੋ ਬਿਨਸ ਹੈ। ਉਹ ਤਾਂ ਹੁਣ ਜਿਹਨੇ ਜੰਮਣਾ ਉਹਨੇ ਤਾਂ ਮਰਨਾ ਤਾਂ ਹੈਗਾ ਹੀ ਹੈ ਜੀ। ਬ੍ਰਹਮ ਗਿਆਨੀ ਮੈਨੂੰ ਦੱਸੋ ਵੀ ਬ੍ਰਹਮ ਗਿਆਨੀ ਸਦਾ ਵਾਸਤੇ ਕਿਹੜਾ ਜਿਉਂਦਾ? ਦੇਖੋ ਹੁਣ ਆਪਣੇ ਗੁਰੂ ਸਾਹਿਬਾਨ ਸੀਗੇ, ਉਹ ਵੀ ਪਰਮਾਤਮਾ ਦਾ। ਗੱਲ ਨੂੰ ਗਲਤ ਪਾਸੇ ਨਾ ਲਿਜਾਓ, ਮੈਂ ਤੁਹਾਨੂੰ ਬ੍ਰਹਮ ਗਿਆਨੀ ਦੀ ਗੱਲ ਕਰ ਰਿਹਾ, ਜਿਹੜਾ ਸਵਾਲ ਮੈਂ ਕਰਦਾ ਉਹਦਾ ਜਵਾਬ ਦਿਓ। ਚਲੋ ਠੀਕ ਹੈ, ਤੁਹਾਡੀ ਮੈਂ ਗੱਲਾਂ ਸਮਝ ਗਿਆ ਜੀ, ਵੀ ਮੈਂ ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਕੁਐਸਚਨਸ ਬਹੁਤ ਨੇ, ਤੁਸੀਂ ਇੱਕ ਵਾਰੀ ਆਪਣੇ ਭਲੇ ਨਾਲ ਗੱਲ ਕਰਕੇ ਇੱਕ ਵਾਰੀ ਮੇਰੇ ਨਾਲ ਮੇਰੀ ਵੀ ਗੱਲ ਸੁਣੋ, ਵੀ ਤੁਸੀਂ ਸਵਾਲ ਤੇ ਸਵਾਲ ਨਾ ਕਰੋ, ਮੇਰੀ ਵੀ ਇੱਕ ਗੱਲ ਵਾਰੀ ਸੁਣ ਲਓ। ਤੁਸੀਂ ਮੇਰੀ ਗੱਲ ਜਿਹੜਾ ਮੈਂ ਸਵਾਲ ਕਰ ਰਿਹਾ ਉਹ ਤੇ ਆਉਂਦੇ ਨਹੀਂ, ਮੁੜ ਕੇ ਹੋਰ ਪਾਸੇ ਲਿਜਾ ਰਹੇ ਹੋ ਗੱਲ ਨੂੰ, ਮੈਂ ਇਹ ਕਹਿ ਰਿਹਾ ਹੋਰ ਪਾਸੇ ਨਾ ਲਿਜਾਓ, ਜਿਹੜਾ ਮੈਂ ਸਵਾਲ ਕਰ ਰਿਹਾ ਜਵਾਬ ਉਹ ਦਿਓ। ਹਾਂਜੀ ਹਾਂਜੀ, ਦੱਸੋ ਜੀ। ਮੈਂ ਕਹਿ ਰਿਹਾ ਕੀ ਬ੍ਰਹਮ ਗਿਆਨੀ ਸਦਾ ਜਿਉਂਦਾ ਹੈ? ਕੋਈ ਇਹੋ ਜਿਹਾ ਹੈ ਬ੍ਰਹਮ ਗਿਆਨੀ ਜਿਹੜਾ ਸਦਾ ਜਿਉਂਦਾ ਰਹੇ? ਦੇਖੋ ਜੀ, ਹੁਣ ਬ੍ਰਹਮ ਗਿਆਨੀ ਤੁਸੀਂ ਸੁਖਮਨੀ ਸਾਹਿਬ ਨੂੰ ਤੁਸੀਂ ਜਿਹੜੀ ਇਹ ਗੱਲਾਂ ਕਹਿ ਰਹੇ ਹੋ, ਬ੍ਰਹਮ ਉਹ ਕਿਸੇ ਬ੍ਰਹਮ ਗਿਆਨੀ ਬਾਰੇ ਲਿਖੀ ਹੋਈਆਂ ਨੇ? ਬ੍ਰਹਮ ਗਿਆਨੀ ਦੀ ਤਾਂ ਫਿਰ ਨਿੰਦਿਆ ਵੀ ਲਿਖੀ ਹੋਈ ਹੈ।
ਪਹਿਲੇ ਜਿਹੜਾ ਮੈਂ ਸਵਾਲ ਕਰਿਆ ਨਾ ਉਹ ਸਵਾਲ ਦਾ ਜਵਾਬ ਦੇਈਦਾ। ਅੱਛਾ ਜੀ, ਚਲੋ ਉਹ ਤਾਂ ਤੁਹਾਡੀ ਗੱਲ ਆ, ਮੇਰੀ ਜਿਸ ਹਿਸਾਬ ਨਾਲ ਤੁਸੀਂ ਸਵਾਲ ਕਰਦੇ ਹੋ ਉਹ ਤਾਂ ਲੰਬਾ ਚੌੜਾ ਗੱਲ ਹੈ, ਕਿਉਂਕਿ ਇਸ ਗੱਲ ਨੂੰ ਸਮਝ ਕੇ ਕਰਨ ਵਾਲੀ ਗੱਲ ਹੈ ਜੀ। ਹੁਣ ਇਸ ਤਰ੍ਹਾਂ ਮੈਂ ਤੁਹਾਨੂੰ ਕੋਈ ਗੱਲ ਹੋਰ ਕਹਿ ਦਵਾਂ, ਇਹਦਾ ਤਾਂ ਕੋਈ ਤੁੱਕ ਨਹੀਂ ਨਿਕਲਣੀ ਜੀ। ਫਿਰ ਇਸੇ ਕਰਕੇ ਮੈਂ ਕਹਿ ਰਿਹਾ ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਸ੍ਰਿਸ਼ਟੀ ਕਿਹਨੇ ਬਣਾਈ ਹੈ ਭਲਾ? ਸ੍ਰਿਸ਼ਟੀ ਤਾਂ ਪਰਮਾਤਮਾ ਦੀ ਹੋਈ ਹੈ ਜੀ, ਫਿਰ ਬ੍ਰਹਮ ਗਿਆਨੀ ਪਰਮਾਤਮਾ ਦੀ ਪਰਮਾਤਮਾ ਹੋਇਆ ਕਿ ਕੋਈ ਬੰਦਾ ਹੋਇਆ? ਪਰਮਾਤਮਾ। ਹੁਣ ਐ ਤਾਂ ਜੀ, ਹੁਣ ਮੇਰੀ ਇੱਕ ਵਾਰੀ ਥੋੜੀ ਜਿਹੀ ਠੀਕ ਹੈ ਜੀ, ਤੁਹਾਡੀ ਵੀ ਗੱਲ ਸਹੀ ਹੈ, ਮੇਰੀ ਵੀ ਗੱਲ ਸੁਣਿਓ। ਫਿਰ ਉੱਥੇ ਸੰਤ ਸ਼ਬਦ ਕਿਹਨੂੰ ਕਿਹਾ ਹੋਇਆ? ਸੰਤ ਸ਼ਬਦ ਸਾਨੂੰ ਸਾਰਿਆਂ ਨੂੰ ਭਲੇ ਲੋਕਾਂ ਨੂੰ ਭਲੇ ਇਨਸਾਨ ਨੂੰ ਕਿਹਾ, ਨਾ ਕਿ ਕਿਸੇ ਲੰਮੇ ਚੋਲੇ ਵਾਲੇ ਕਿਸੇ ਸਾਧ ਨੂੰ ਕਿਹਾ। ਤੈਨੂੰ ਕਿਹਾ ਜੀ। ਚਲੋ ਜੀ, ਹੁਣ ਮੈਂ ਤੈਨੂੰ ਥੋੜੀ ਜਿਹੀ ਮੇਰੀ ਗੱਲ ਸੁਣਿਓ, ਠੀਕ ਹੈ? ਕੁਸਚਨ ਨੂੰ ਮੇਰੀ ਇੱਕ ਥੋੜੀ ਜਿਹੀ ਗੱਲ ਸੁਣ ਲਿਓ, ਠੀਕ ਹੈ ਜੀ? ਤੇ ਜਿਹੜੇ ਜਿਨ੍ਹਾਂ ਦਾ ਮੈਂ ਸੇਵਕ ਹਾਂ ਜੀ, ਉਹਨਾਂ ਨੇ ਕੀ ਕਹਿੰਦੇ ਦਿਨ ਰਾਤ ਹਿਰਦੇ 8 ਪਹਿਰ ਸਿਮਰਨ ਕੀਤਾ, ਹਿਰਦੇ ਵਿੱਚ ਧਿਆਇਆ, ਠੀਕ ਹੈ ਜੀ? ਨਾ ਕੋਈ ਕੋਈ ਇਹੋ ਜਿਹਾ ਕੋਈ ਡੇਰਾ ਜਾਂ ਕੋਈ ਕੁਛ ਨਹੀਂ ਹੈ, ਘਰ ਦੇ ਵਿੱਚ ਰਹਿ ਕੇ ਬੰਦਗੀ ਕੀਤੀ ਹੈ। ਇੱਕ ਸ਼ਬਦ ਨੂੰ ਵਾਰ ਵਾਰ ਜਪਿਆ, ਉਹਦੇ ਨਾਲ ਪਰਮਾਤਮਾ ਦਾ ਪ੍ਰਕਾਸ਼ ਉਹਨਾਂ ਦੇ ਮਨ ਵਿੱਚ ਹੋਇਆ, ਪਰਮਾਤਮਾ ਦਾ, ਠੀਕ ਹੈ ਜੀ? ਤੇ ਉਹ ਅਸੀਂ ਅੱਜ ਕੀ ਕਹਿੰਦੇ ਨੇ, ਅੱਜ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਵੀ ਕੋਰੋਨਾ ਕਰਕੇ ਕੋਈ ਬਾਹਰ ਕਿਉਂ ਨਹੀਂ ਆ ਰਹੇ, ਕੋਰੋਨਾ ਇੰਨੀ ਹੋ ਰਹੀ ਹੈ, ਫੈਲ ਰਹੀ ਹੈ, ਵੀ ਕੋਈ ਬ੍ਰਹਮ ਗਿਆਨੀ ਕਿੱਥੇ ਗਏ ਇਹ ਸਾਰੇ ਜਾਣੇ। ਅਸੀਂ ਬਾਰ ਬਾਰ YouTube ਤੇ ਵੀਡੀਓਾਂ ਦੇਖ ਰਹੇ ਹਾਂ ਨਾ ਜੀ, ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲੇ ਲਿਆਓ ਕੋਰੋਨਾ ਵਾਇਰਸ ਵਾਲਾ ਬੰਦਾ, ਸਾਡੇ ਕੋਲੇ ਲਿਆਓ, ਤੇ ਕੀ ਕਹਿੰਦੇ ਨੇ ਉਸ ਨੂੰ ਸਾਡੇ ਕੋਲ ਭੇਜੋ, ਅਸੀਂ ਉਹਨੂੰ ਸਾਡੀ ਸ਼ਰਨ ਚ ਆਊਗਾ, ਅਸੀਂ ਉਹਨੂੰ ਮੁਕਤ ਕਰਾਂਗੇ। ਅੱਛਾ, ਹਾਂਜੀ ਨਹੀਂ ਦੁਨੀਆ 'ਚ ਤਾਂ ਲੱਖਾਂ ਲੋਕ ਕੋਰੋਨਾ ਦੇ ਮਰੀਜ਼ ਬਣ ਰਹੇ ਨੇ, ਤੁਸੀਂ ਕਹਿੰਦੇ ਸਾਡੇ ਕੋਲੇ ਲਿਆਓ, ਹਾਂਜੀ ਇਹ ਹਾਂਜੀ ਬਾਬੇ ਨੂੰ ਬਾਹਰ ਕੱਢੋ ਘਰ ਘਰ ਫੇਰੋ ਇਹਨੂੰ। ਹਾਂਜੀ, ਅਸੀਂ ਤਾਂ ਕਹਿੰਦੇ ਹਾਂ ਜੀ ਸਾਡੇ ਕੋਲੇ ਆਓ, ਨਹੀਂ ਸਾਡੇ ਕੋਲ ਨਹੀਂ ਲਿਓ। ਹਾਂਜੀ ਤੁਸੀਂ ਪਰਉਪਕਾਰ ਦੀ ਭਾਵਨਾ ਨਾਲ ਕਾਰਜ ਬਿਠਾ ਕੇ ਬਾਬੇ ਨੂੰ ਲੈ ਕੇ ਜਾਓ, ਕਹਿੰਦੇ ਭਾਈ ਲਾ ਆ ਸਾਂਝੇ ਥਾਂ ਤੇ ਮੈਂ ਬੈਠਾ, ਇੱਥੇ ਆ ਜਾਓ, ਹਸਪਤਾਲਾਂ ਦੇ ਬਾਹਰ ਬੈਠ ਜਾਓ, ਜਾ ਕੇ ਹਸਪਤਾਲ 'ਚ ਕਮਰਾ ਲੈ ਲਓ, ਕੋਈ ਜਾ ਕੇ ਕਿਸੇ ਗੁਰਦੁਆਰੇ ਵੱਡੇ 'ਚ ਜਾ ਕੇ ਬੈਠ ਜਾਓ, ਲਓ ਭਾਈ ਇੱਥੇ ਬਾਬਾ ਬੈਠਾ, ਇੱਥੇ ਤੁਹਾਡਾ ਸਾਰੇ ਰੋਗ ਦੂਰ ਕਰ ਦੂਗਾ। ਜੀ, ਬ੍ਰਹਮ ਗਿਆਨੀ ਕੋਲ ਤੇ ਸੰਤਾਂ ਕੋਲ ਤਾਂ ਬੰਦੇ ਆਪ ਚੱਲ ਕੇ ਆਉਂਦੇ ਹੁੰਦੇ, ਹੁਣ ਬ੍ਰਹਮ ਗੁਰੂ ਜਿਹੜੇ ਹੁੰਦੇ ਨੇ ਉਹ ਆਪ ਥੋੜੀ ਜਾਂਦੇ ਹੁੰਦੇ, ਉਦੋਂ ਤਾਂ ਅਸੀਂ ਉਹਨਾਂ ਦਾ ਪ੍ਰਚਾਰ ਕਰਨਾ ਵੀ ਉਹ ਗੁਰੂ ਸਾਹਿਬ, ਕਰੋਨਾ। ਗੁਰੂ ਸਾਹਿਬ ਨਾ ਕਿਤੇ ਦਿੱਲੀ ਤੱਕ, ਕਿਤੇ ਪਟਨੇ ਤੱਕ, ਕਿਤੇ ਹਜੂਰ ਸਾਹਿਬ ਤੱਕ, ਤੇ ਕਿੰਨੀ ਕਿੰਨੀ ਦੂਰ ਤੱਕ ਪਰਉਪਕਾਰ ਦੀ ਭਾਵਨਾ ਨਾਲ ਫਿਰਦੇ ਰਹੇ ਨੇ, ਇਹ ਉਹਨਾਂ ਨਾਲੋਂ ਵੀ ਵੱਡਾ ਬ੍ਰਹਮ ਗਿਆਨੀ ਕੋਈ ਹੋ ਗਿਆ? ਬ੍ਰਹਮ ਗਿਆਨ ਦੇਖੋ ਜੀ, ਉਹਨਾਂ ਤੇ ਪਰਮਾਤਮਾ ਦੀ ਕਿਰਪਾ, ਤੁਸੀਂ ਐ ਨਾ ਜਾਣੋ ਉਹਨਾਂ ਨੂੰ, ਬਈ ਤੁਸੀਂ ਤੁਹਾਨੂੰ ਅਸੀਂ ਮੈਂ ਦੱਸ ਵੀ ਦਿੱਤਾ ਕਿ ਇੰਨੀ ਗੱਲ ਕੋਈ ਕਹਿ ਨਹੀਂ ਸਕਦਾ ਅੱਜ ਦੇ ਸਮੇਂ 'ਚ ਕਿ ਕੋਈ ਸਾਡੇ ਕੋਲ ਪਿਆਰੇ ਲਿਆ। ਜੀਓ, ਪਿਆਰੇ ਜੀਓ, ਇਹ ਦੱਸੋ ਡਾਕਟਰ ਤਾਂ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਇਲਾਜ ਕਰ ਰਹੇ ਨੇ, ਤੇ ਤੁਹਾਡੇ ਵਾਲਾ ਬ੍ਰਹਮ ਗਿਆਨੀ ਅੰਦਰ ਵੜਿਆ ਬੈਠਾ ਹੈ? ਹਾਂਜੀ, ਕਿਉਂਕਿ ਉਹਨਾਂ ਨੂੰ ਦੁੱਖ ਨਹੀਂ, ਕੋਈ ਦੁੱਖ ਨਹੀਂ, ਰੋਗ ਨਹੀਂ, ਇਦਾਂ ਦਾ ਛੂਈ ਕੋਲੇ ਨਹੀਂ ਆ ਸਕਦਾ, ਕਿਉਂਕਿ ਉਹਨਾਂ ਦੇ ਨਾਮ ਦੀ ਕਾਰ ਆ ਉਹਨਾਂ ਦੇ। ਨਹੀਂ, ਜਿਹੜੇ ਡਾਕਟਰ ਫਿਰਦੇ ਨੇ ਇਲਾਜ ਕਰਦੇ ਉਹ ਵਿਚਾਰੇ ਬਹੁਤ ਨਲਾਇਕ ਨੇ, ਤੇ ਸਾਧ ਬਾਬਾ ਬਹੁਤ ਚੰਗਾ ਜਿਹੜਾ ਅੰਦਰ ਵੜਿਆ ਬੈਠਾ ਹੈ। ਦੇਖੋ, ਅਸੀਂ ਸਾਡਾ ਤੁਸੀਂ ਕੀ ਕਹਿੰਦੇ, ਭਾਵਾਂ ਮੇਰਾ ਆਹ ਨੰਬਰ ਹੈ ਜੀ, 24 ਘੰਟੇ ਆਨ ਰਹਿੰਦਾ ਨਹੀਂ, ਸਾਨੂੰ, ਮੈਂ ਇਹਦੇ ਭਾਵਾਂ ਚੋਂ ਕੀ ਲੈਣਾ? ਅੱਜ ਤੱਕ ਦਾ ਕੋਈ ਆਉਟਪੁੱਟ ਦਿਖਾ ਦਿਓ ਬਾਬੇ ਨੇ ਸਮਾਜ ਵਾਸਤੇ ਕੀ ਕੀਤਾ ਹੈ। ਆਉਟਪੁੱਟ ਤਾਂ ਸਾਡੀ ਖੁਦ ਦੀ ਹੋਈ ਹੈ, ਸਾਡੇ ਤੇ ਬਥੇਰੇ ਰੋਗ ਲਾਏ ਨੇ, ਮੇਰੇ ਰੋਗ ਬਹੁਤ ਲਾਏ ਨੇ ਜੀ ਉਹਨਾਂ ਨੇ, ਨਹੀਂ ਕੋਈ ਮੈਂ ਇਹ ਕਹਿ ਰਿਹਾ ਵੀ ਸਮਾਜ ਦਾ, ਸੰਸਾਰ ਦਾ ਕੋਈ ਭਲਾ ਕੀਤਾ ਹੋਵੇ ਇਸ ਬਾਬੇ ਨੇ, ਕੋਈ ਉਹ ਵੀ ਦੱਸ ਦਿਓ। ਦੇਖੋ ਜੀ, ਅਸੀਂ ਹੁਣ ਕੀ ਕਹਿੰਦੇ ਨੇ, ਸਮੇਂ ਦੇ ਦੌਰਾਨ ਜਦੋਂ ਸੰਕਟ ਪੈਂਦਾ ਹੈ ਸ੍ਰਿਸ਼ਟੀ ਤੇ, ਅਸੀਂ ਉਦੋਂ ਭਲਾ ਕਰਨ ਨੂੰ ਆਏ ਹਾਂ ਬਾਹਰ। ਸਿੱਖਾਂ ਤੇ ਕਿੰਨੇ ਜ਼ੁਲਮ ਹੋਏ ਨੇ, ਤੇ ਕਿਤੇ 84 ਚ ਹੋ ਗਿਆ, ਕਿਤੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਤੇ ਉਦੋਂ ਬਾਬੇ ਕਿੱਥੇ ਗਏ ਹੋਏ ਸੀ? ਦੇਖੋ ਜੀ, ਬਾਬੇ ਤਾਂ ਉੱਥੇ ਸੀ ਜਦੋਂ ਕੀ ਕਹਿੰਦੇ ਨੇ ਉਹਨਾਂ ਨੇ, ਦੇਖੋ ਤੁਸੀਂ ਇਸ ਗੱਲ ਨੂੰ ਸਮਝਦੇ ਨਹੀਂ ਪਏ ਹੈਗੇ। ਨਹੀਂ, ਦੇਖੋ ਮੈਨੂੰ ਸਮਝਾ ਪਰਮਾਤਮਾ, ਦਿਓ ਨਾ, ਫਿਰ ਸਮਝਾ ਦਿਓ। ਹਾਂਜੀ, ਕਿਉਂਕਿ ਪਰਮਾਤਮਾ ਕਿਸੇ ਇੱਕ ਵਿਰਲੇ ਦੀ ਗੱਲ ਲਿਖੀ ਹੋਈ ਹੈ ਗੁਰਬਾਣੀ 'ਚ ਕਿ ਵਿਰਲੇ ਦੇ ਉੱਤੇ ਕਿਰਪਾ ਕਰਦਾ, ਉਹ ਕਿਉਂ ਵਿਰਲਾ ਇੰਨਾ? ਉਹਨੂੰ। ਨਹੀਂ, ਪਰਮਾਤਮਾ ਇੰਨੀ ਦਰਿਆਦ ਕਰਦਾ, ਏਡਾ ਵਿਖਤਰੇਬਾਜ਼ ਹੈ ਕਿ ਇੱਕ ਤੇ ਕਿਰਪਾ ਕਰਦਾ ਤੇ ਬਾਕੀਆਂ ਨੂੰ ਤੜਫਾਉਂਦਾ ਰਹਿੰਦਾ। ਦੇਖੋ ਜੀ, ਉਹਦੀ ਹੁਣ ਲੀਲਾ, ਉਹਦੀ ਮੌਜ ਹੈ ਜੀ, ਹੁਣ ਨਹੀਂ, ਇਹਦੇ ਵਿੱਚ ਤਾਂ ਇਹੋ ਜੀ ਗੰਦੀ ਲੀਲਾ ਨਹੀਂ ਰੱਬ ਕਰਦਾ ਹੁੰਦਾ, ਰੱਬ ਪਰਉਪਕਾਰੀ ਹੈ। ਦੇਖੋ ਜੀ, ਸਾਡੇ ਕੋਲ ਤਾਂ, ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਸਾਡੇ ਕੋਲ ਤਾਂ ਜਿਹੜੇ ਸ਼ਰਨ 'ਚ ਆਉਂਦੇ ਨੇ ਅਸੀਂ ਤਾਂ ਉਹਨਾਂ ਦੀ ਕਰਦੇ ਹਾਂ ਰੱਖਿਆ ਜੀ। ਜਿਵੇਂ ਹੁਣ ਐ ਜਿਹੜੇ ਚੈਲੰਜ ਕਰਦੇ ਰੱਬ ਨੂੰ, ਉਹਦੇ ਤੇ ਲਾਉਂਦੇ ਅਸੀਂ ਪਰਚਾ, ਫਿਰ ਕਿਹੜਾ ਕੀ ਪਰਚਾ? ਪਰਚਾ ਲਾਉਂਦੇ ਅਸੀਂ, 12-13 ਦਾ ਪਰਚਾ ਲਾਵਾਂਗੇ ਜੀ ਫਿਰ ਅਸੀਂ। ਉਹ ਕੀ ਹੁੰਦਾ ਹੈ? ਉਹ ਪਰਚਾ ਹੁੰਦਾ, ਕਿਉਂਕਿ ਫਿਰ ਉਹ ਪਰਮਾਤਮਾ ਤੇ ਉਹ ਅਸੀਂ ਪਰਚਾ ਲਾਉਂਦੇ ਹਾਂ, ਪਰਚਾ ਲਾ ਕੇ ਫਿਰ ਬੰਦੇ ਨੂੰ ਉਹਦੀ ਸੰਸਾਰੀ ਤੋਂ ਕੀ ਕਹਿੰਦੇ ਨੇ ਉਹਨੂੰ, ਜਿਵੇਂ ਕਹਿ ਲਓ ਵੀ ਜੋ ਉਹਨਾਂ ਦੇ ਬਾਕੀ ਹੁਕਮ ਅਨੁਸਾਰ ਜੋ ਉਹਨਾਂ ਨੇ ਕਹਿਤਾ, ਫਿਰ ਤੁਹਾਨੂੰ ਦੱਸ ਦਾਂਗੇ। ਨਾ, ਆ ਜਿਹੜਾ ਕੋਰੋਨਾ ਫੈਲਿਆ ਹੋਇਆ, ਤੁਸੀਂ ਇਸੇ ਤੇ 13 ਨੰਬਰ ਪਰਚਾ ਲਾ ਦਿਓ, ਭਜਾ ਦਿਓ ਇਹਨੂੰ ਕਿਧਰੇ। ਸੱਚ ਤਾਂ ਕਹਿ ਹੀ ਰਹੇ ਹਾਂ, ਸਾਡੇ ਕੋਲੇ ਆ ਜਾਓ, ਸਾਡਾ ਹੁਣ ਨਹੀਂ, ਕਰ ਤੁਹਾਡੇ ਦਿਓ। ਕੋਲੇ ਕਿਉਂ ਆ ਜਾਏ? ਸਾਰੀ ਦੁਨੀਆ ਦੇ ਲੋਕ ਤੁਹਾਡੇ ਕੋਲੇ ਕਿਵੇਂ ਆ ਜਾਣਗੇ ਭਲਾ? ਜੀ, ਤੁਸੀਂ ਸਾਡੀ ਵੀਡੀਓ ਇੱਥੋਂ ਰਿਲੀਜ਼ ਕਰ ਦਿਓ, ਇੱਥੇ ਉਹਨਾਂ ਨੂੰ ਦੱਸ ਦਿਓ ਵੀ ਆਹ ਫੋਨ ਨੰਬਰ ਹੈ, ਇਹ ਬੰਦੇ ਕਹਿ ਰਹੇ ਨੇ ਕਿ ਭਾਈ ਸਾਡੇ
ਗੁੰਝਲ ਚ ਨਹੀਂ ਵਸੇ ਹੈਗੇ ਅਸੀਂ ਚਲੋ ਬਸ। ਕੋਈ ਨਹੀਂ ਚਲੋ ਜੀ ਠੀਕ ਹੈ, ਹੁਣ ਪਰਚੇ ਦਾ ਸਾਹਮਣਾ ਰੱਖਿਓ, ਤਿਆਰ ਹੁਣ ਤੁਸੀਂ, ਹੁਣ ਤੁਹਾਨੂੰ ਪਰਚੇ ਲੱਭ ਗਏ, ਮੈਂ ਤਾਂ ਤਿਆਰ ਬਰ ਤਿਆਰ ਬੈਠਾ ਜੀ। ਤਿਆਰ ਬੈਠੇ ਹੋ, ਬਸ ਠੀਕ ਹੈ ਜੀ। ਚਲੋ ਕਰੋ, ਨਾਮ ਸਿਮਰਨ ਕਰੋ ਜੀ, ਤੁਸੀਂ ਬੈਠ ਕੇ ਚੌਂਕੜਾ ਮਾਰੋ। ਚਲੋ ਠੀਕ ਹੈ ਜੀ, ਠੀਕ ਹੈ। ਓਕੇ ਹੁਣ ਜੀ, ਇਹਨੂੰ ਐਵੇਂ ਨਾ ਜਾਣਿਓ, ਮੈਂ ਤੁਹਾਨੂੰ ਦੱਸਦਾ ਉਹਨਾਂ ਨੇ 33 ਸਾਲ ਭਗਤੀ ਕੀਤੀ ਹੈ। ਮੈਂ ਭਗਤੀਆਂ ਵਾਲਿਆਂ ਨੂੰ ਨਾ, ਮੇਰੀ ਉਮਰ 75 ਸਾਲ ਹੈ, ਭਗਤੀ ਵਾਲਿਆਂ ਦਾ ਮੈਂ ਚੰਗੇ ਪੋਤਰੇ ਫਰੋਲੇ ਨੇ ਅੱਜ ਤੱਕ ਕਿਹੋ ਜਾਂਦੇ। ਚਲੋ ਫਿਰ, ਤੁਹਾਨੂੰ ਤਾਂ ਤੁਹਾਡਾ ਫਿਰ ਪਹਿਲੀ ਵਾਰੀ ਸਾਡੇ ਨਾਲ ਮੁਲਾਕਾਤ ਹੋਈ ਹੈ ਕੋਈ ਗੱਲ ਹੁਣ। ਨਹੀਂ ਜੀ, ਕੋਈ ਮੇਰੀ ਤਾਂ ਬੜੇ ਸਾਧਾਂ ਨਾਲ ਮੁਲਾਕਾਤਾਂ ਹੋਈਆਂ ਨੇ, ਮੈਂ ਬੜੇ ਲੋਕਾਂ ਦੇ ਇਹਦੇ ਪਰਦੇ ਪਾੜੇ ਨੇ ਜਾ ਜਾ ਕੇ। ਉਹਨਾਂ ਦੇ ਕੱਚਿਆਂ ਨਾਲ ਹੋਈ ਹੋਣੀ ਹੈ ਜੀ ਫਿਰ, ਕੋਈ ਗੱਲ ਨਹੀਂ, ਕੱਚਿਆਂ ਬਾਕੀ ਨਾਲ। ਸਾਰੇ ਕੱਚੇ ਨੇ, ਤੁਹਾਡੇ ਵਾਲਾ ਪੱਕਾ ਹੈ ਇਕੱਲਾ। ਹਾਂਜੀ ਹਾਂਜੀ, ਪੱਕੀ ਆ, ਹੁਣ ਅਸੀਂ ਤਾਂ ਪ੍ਰਗਟ ਕਰਨਾ ਹੀ ਆ ਜੀ, ਹੁਣ ਸਾਡੇ ਵਾਲਾ ਪੱਕਾ ਹੈਗਾ ਹੀ ਇਹ ਆ। ਲੁਕਿਆ ਕਿਉਂ ਬੈਠਾ, ਕਦੋਂ ਪ੍ਰਗਟ ਕਰਨਾ ਹੈ, ਲੁਕਿਆ ਕਿਉਂ ਬੈਠਾ ਇਹ? ਦੇਖੋ ਅਸੀਂ ਕੀ ਕਹਿੰਦੇ ਨੇ, ਹੁਣ ਪ੍ਰਗਟ ਹੀ ਤਾਂ ਕਰਦੇ ਆ, ਤਾਂ ਹੀ ਤੁਹਾਨੂੰ ਇੰਨਾ ਲਿਖਿਆ ਅਸੀਂ। ਆ ਹੁਣ ਇਹਦੇ 'ਚ ਤਾਂ ਪ੍ਰਗਟ ਵਾਲੀ ਗੱਲ ਹੀ ਕੋਈ ਨਹੀਂ, ਇਹ ਤਾਂ ਬਸ ਕਿਉਂ ਐਵੇਂ ਗਧੀ ਗੇੜ ਪਾਇਆ ਹੋਇਆ ਕੰਮ ਕਰਦਾ। ਕਾਹਨੂੰ ਗਧੀ ਗੇੜ ਪਾਇਆ, ਅਸੀਂ ਢੰਡਰੀਆਂ ਵਾਲਿਆਂ ਨਾਲ ਗੱਲ ਕੀਤੀ ਹੈ, ਨੇਕੀ ਨਾਲ ਗੱਲ ਕੀਤੀ ਹੈ, ਆਪਣੇ ਤਤ ਗੁਰਮਤ ਗਿਆਨ ਵਾਲੇ ਤੁਹਾਡੇ ਉਹਨਾਂ ਨਾਲ ਗੱਲ ਕੀਤੀ ਹੈ, ਤੇ ਆਪਣੇ ਸਿਮਰਜੀਤ ਸਿੰਘ ਤੋਹਾਨ ਵਾਲਿਆਂ ਨਾਲ ਗੱਲ ਕੀਤੀ ਹੈ, ਜਿੰਨੇ ਪ੍ਰਚਾਰਕ ਨੇ ਸਾਰਿਆਂ ਨਾਲ ਅਸੀਂ ਗੱਲ ਕੀਤੀ ਹੈ, ਵੀ ਕੋਈ ਉੱਠ ਕੇ ਬੋਲਿਆ ਨਹੀਂ ਹੈਗਾ, ਕੋਈ ਇਹ ਨਹੀਂ ਕਹਿ ਰਿਹਾ, ਸਭ ਆਪਣੇ ਆਪਣਾ ਚੁੱਪ ਕਰਕੇ ਬੈਠ ਗਏ ਕਾਦੇ ਬਾਰੇ? ਕਿ ਇਸ ਬਾਰੇ, ਇਸ ਗੱਲ ਬਾਰੇ ਵੀ ਕੀ ਕਹਿੰਦੇ ਨੇ ਉਹ, ਬਸ ਕੋਈ ਬੈਕ ਕਾਲ ਨਹੀਂ, ਜਾਂ ਤੁਹਾਡੀ ਬੈਕ ਕਾਲ ਆਈ ਹੈ ਹੁਣ ਨਹੀਂ, ਇਹ ਕਿ ਸਾਰਿਆਂ ਨੂੰ ਪਤਾ ਵੀ ਕਮਲ ਕੁੱਟਿਆ ਹੋਇਆ, ਹੋਰ ਤਾਂ ਹੈ ਹੀ ਨਹੀਂ ਕੁਛ ਵੀ, ਇਹਦੇ 'ਚ ਕਮਲ ਕੁੱਟਿਆ ਹੋਇਆ ਹੈ। ਕਮਲ ਕਾਹਨੂੰ ਗੁੱਟਿਆ ਹੋਇਆ ਜੀ, ਤੁਸੀਂ ਹੁਣ ਤੁਹਾਨੂੰ ਕਿਵੇਂ ਦਿਖਾਈਏ, ਵੀ ਤੁਸੀਂ ਜਾਂ ਤਾਂ ਆਪਣਾ ਕੋਈ ਕਰੋਨਾ ਵਾਲਾ ਰੋਗੀ ਲਿਆਓ ਸਾਡੇ ਕੋਲ, ਅਸੀਂ ਤੁਹਾਨੂੰ ਛੜਾ ਕੇ ਦਿਖਾ ਦਿੰਦੇ। ਨਹੀਂ ਤੁਹਾਨੂੰ ਇਹ ਸਾਰਾ ਹਿੰਦੁਸਤਾਨ ਜਾਂ ਸਾਰੀ ਦੁਨੀਆ ਰੋਗੀ ਹੋਈ ਦਿਸਦੀ ਨਹੀਂ ਹੈ? ਦਿਸਦੀ ਹੈ ਜੀ, ਸਾਨੂੰ ਵੀ ਦਿਸਦੀ ਹੈ, ਫਿਰ ਪਰ ਜੋ ਸਾਡੇ ਜਿਹੜੇ ਫਿਰ ਕਿਉਂ ਨਹੀਂ ਪਰਉਪਕਾਰ ਕਰਦੇ ਤੁਸੀਂ? ਪਰਉਪਕਾਰ ਕਰਨਗੇ ਤਾਂ, ਕਿਉਂਕਿ ਪਰਮਾਤਮਾ ਇਹਨਾਂ ਦੇ ਵੀ ਅਸੂਲ ਨੇ, ਉਹਨਾਂ ਸ਼ਰਨ ਚ ਆਉਂਗੇ ਤਾਂ ਹੀ ਪਰਉਪਕਾਰ ਜਾਣੀ ਕਿ ਕਰਨਗੇ। ਪਰਮਾਤਮਾ ਨੇ ਰੱਬ ਦਾ ਏਜੰਟ ਇਹ ਸਾਧ ਨੂੰ ਬਣਾਇਆ ਹੋਇਆ। ਹਾਂਜੀ, ਉਹਨੂੰ ਪਰਮਾਤਮਾ ਉਹਦੇ ਤੇ ਕਿਰਪਾ ਕਰਦਾ, ਉਹੀ ਦੇਹ ਦੇ ਰਾਹੀਂ ਬੋਲਦਾ ਪਰਮਾਤਮਾ, ਹੋਰ ਨਹੀਂ, ਕਿੱਦਾਂ ਇੱਕ ਬਾਕੀਆਂ ਤੇ ਸਾਰਿਆਂ ਤੇ ਰੱਬ ਬਹੁਤ ਨਾਰਾਜ਼ ਆ, ਗੁੱਸੇ ਹੋਇਆ ਹੋਇਆ। ਨਹੀਂ, ਵਸਦਾ ਤਾਂ ਉਹਨਾਂ ਦੇ ਅੰਦਰ ਵੀ ਹੈ ਜੀ, ਉਹਨਾਂ ਨੂੰ ਪ੍ਰਗਟ ਨਹੀਂ ਹੈਗਾ, ਇਹਨਾਂ ਨੂੰ ਪ੍ਰਗਟ ਆ। ਹਾਂ, ਇਹ ਮੰਤਰ ਜਪ ਕੇ ਪੜ੍ਹਨਾ ਆ ਗਿਆ, ਜਿਹੜੇ ਦਵਾਈਆਂ ਬਣਾਉਂਦੇ ਨੇ, ਕਾਢਾਂ ਕੱਢਦੇ ਨੇ, ਉਹ ਮੂਰਖ ਨੇ। ਦੇਖੋ, ਉਹ ਸਾਇੰਸ ਹੈ ਜੀ, ਉਹ ਸਾਇੰਸ ਹੈ, ਸਾਇੰਸ ਵਾਲੇ ਅੱਗੇ ਨੇ, ਜਿਹੜੇ ਮੈਂ ਬੜੇ ਬੜੇ ਸਾਧ ਸੰਤ ਨਾ ਹਸਪਤਾਲਾਂ 'ਚ ਮੈਂ ਡਾਕਟਰਾਂ ਅੱਗੇ ਅੱਡੀਆਂ ਰਗੜਦੇ ਦੇਖੇ ਨੇ, ਲਿਲਕੜੀਆਂ ਕੱਢਦੇ ਦੇਖੇ ਨੇ, ਵੀ ਡਾਕਟਰ ਸਾਹਿਬ ਬਚਾ ਲਓ ਮੈਨੂੰ, ਡਾਕਟਰ ਸਾਹਿਬ ਬਚਾ ਲਓ ਮੈਨੂੰ। ਭਾਈ ਸਾਹਿਬ, ਤੁਸੀਂ ਤਾਂ ਕਾਫੀ ਯਾਨੀ ਦੂਰ ਚਲੇ ਗਏ ਹੋ ਗੁਰਬਾਣੀ ਤੋਂ, ਤੁਸੀਂ ਇਹਨੂੰ। ਮੈਂ ਗੁਰਬਾਣੀ ਤੋਂ ਦੂਰ ਨਹੀਂ ਜੀ, ਗੁਰਬਾਣੀ ਮੇਰੇ ਗੁਰੂ ਗ੍ਰੰਥ ਸਾਹਿਬ ਅੱਧਾ ਯਾਦ ਹੈ, ਤੁਹਾਡੇ ਨਾਲੋਂ ਵੱਧ ਹੀ ਯਾਦ ਹੋਣੀ ਹੈ, ਘੱਟ ਨਹੀਂ ਹੋਣੀ ਹੈ। ਹਾਂਜੀ, ਬਿਲਕੁਲ ਬਿਲਕੁਲ ਯਾਦ ਹੋਊਗੀ ਤੁਹਾਨੂੰ, ਤੁਸੀਂ ਬੇਸ਼ੱਕ, ਤੁਹਾਨੂੰ, ਤੁਸੀਂ ਪ੍ਰੋਫੈਸਰ ਹੋ, ਅਸੀਂ ਉਹ ਗੱਲ ਨਹੀਂ ਕਰਦੇ, ਠੀਕ ਹੈ ਜੀ, ਤੁਹਾਡੀ ਗੱਲ ਠੀਕ ਹੈ, ਪਰ ਤੁਸੀਂ ਇਸ ਗੱਲ ਨੂੰ ਅਣਗਹਿਲੀ ਦੇ ਵਿੱਚ ਨਾ ਲਿਓ, ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਮੈਂ ਤਾਂ ਕਹਿੰਦਾ। ਜ਼ਿੰਦਗੀ ਦਾ ਤਜਰਬਾ ਕੀਤਾ ਹੋਇਆ ਜੀ, ਵੱਡੇ ਵੱਡੇ ਜੰਗ ਯੁੱਧ ਲੱਗੇ ਨੇ, ਦੁਨੀਆ 'ਚ ਤਬਾਹੀ ਹੋਈ ਹੈ, ਐਟਮ ਬੰਬ ਡਿੱਗੇ ਨੇ, ਤੇ ਰੱਬ ਨੇ ਉਹਨਾਂ ਤੇ ਵੀ ਨਹੀਂ ਰੋਕੇ ਬੰਬ। ਉਹ ਇਹ ਤਾਂ ਹੁਣ ਤੁਸੀਂ ਗੱਲਾਂ ਹੋਰ ਪਾਸੇ ਲੈ ਗਏ ਜੀ, ਮੈਂ ਤਾਂ ਕਹਿਣਾ ਵੀ ਇਹ ਰੱਬ ਦੇ ਵਸ 'ਚ ਇਹੋ ਜਿਹਾ ਕੁਛ ਨਹੀਂ ਹੈ, ਬੰਦੇ ਨੇ ਕਰਨਾ, ਧਰਤੀ ਦੇ ਉੱਤੇ ਜਿਹੜਾ ਕੁਛ ਕਰਨਾ ਹੈ, ਚੰਗਾ ਜਾਂ ਮਾੜਾ ਜੋ ਕੁਛ ਹੈ, ਜ਼ਿੰਮੇਵਾਰ ਬੰਦਾ ਹੈ। ਹਾਂਜੀ, ਉਹ ਫਿਰ ਉਹਨਾਂ, ਉਹ ਤਾਂ ਫਿਰ ਜਿਵੇਂ ਕਰਮ ਉਹਨਾਂ ਦੇ ਧਰਮ ਹੈਗੇ ਨੇ, ਉਹੋ ਜਿਹਾ ਕਰਮ ਕਰਦੇ ਨੇ, ਉਹੋ ਜਿਹਾ ਪਾਉਂਦੇ ਨੇ, ਠੀਕ ਹੈ ਚਲੋ ਜੀ। ਕਰੋ ਜੀ, ਤੁਸੀਂ ਚੌਂਕੜਾ ਮਾਰੋ, ਸਿਮਰਨ ਕਰੋ ਬੈਠ ਕੇ।